ਰੂਪਨਗਰ ਵਿੱਚ ਆਮ ਆਦਮੀ ਪਾਰਟੀ ਵੱਲੋਂ ਸਰਕਾਰ ਖਿਲਾਫ਼ ਪ੍ਰਦਰਸ਼ਨ ਕੀਤਾ ਗਿਆ, ਲੇਕਿਨ ਇਸ ਪ੍ਰਦਰਸ਼ਨ ਵਿੱਚ ਆਪ ਦੇ ਪੰਜਾਬ ਪ੍ਰਧਾਨ ਸਾਂਸਦ ਭਗਵੰਤ ਮਾਨ ਗੈਰ ਹਾਜ਼ਰ ਰਹੇ, ਜਿਸ ਤੋਂ ਬਾਅਦ ਹੁਣ ਕਿਆਸ ਲਗਾਏ ਜਾ ਰਹੇ ਨੇ ਕਿ ਭਗਵੰਤ ਮਾਨ ਪਾਰਟੀ ਪ੍ਰੋਗਰਾਮਾਂ ਤੋਂ ਕਿਉਂ ਦੂਰੀ ਬਣਾ ਰਹੇ ਨੇ, ਕਿਉਂ ਸਰਕਾਰ ਖਿਲਾਫ਼ ਧਰਨੇ ਵਿੱਚ ਉਹ ਸ਼ਾਮਲ ਨਹੀਂ ਹੋ ਰਹੇ। ਇਸ ਉੱਤੇ ਸੁਖਪਾਲ ਖਹਿਰਾ ਨੇ ਕਿਹਾ ਕਿ ਭਗਵੰਤ ਮਾਨ ਆਪਣੇ ਹਲਕੇ ਵਿੱਚ ਕਾਫ਼ੀ ਰੁੱਝੇ ਹੋਏ ਨੇ, ਜਿਸ ਕਾਰਨ ਉਹ ਇਸ ਪ੍ਰੋਗਰਾਮ ਵਿੱਚ ਸ਼ਾਮਲ ਨਹੀਂ ਹੋਏ। ਮਾਨ ਨੇ ਸੋਸ਼ਲ ਮੀਡੀਆ ਦੇ ਉੱਤੇ ਇਸ ਇਸ਼ੂ ਨੂੰ ਕੰਡੈਮ ਕੀਤਾ ਵਾ, ਤੁਸੀਂ ਸਾਰਿਆਂ ਨੇ ਉਹਨਾਂ ਦੀ ਵੀਡੀਓ ਦੇਖੀ ਆ, ਮੇਰੀ ਉਹਨਾਂ ਨਾਲ ਕੱਲ੍ਹ ਹੀ ਗੱਲ ਹੋਈ ਆ। ਉਹ ਆਪਣੇ ਸੰਗਰੂਰ ਪਾਰਲੀਮੈਂਟਰੀ ਹਲਕੇ ਦੇ ਵਿੱਚ ਬਹੁਤ ਬਿਜ਼ੀ ਨੇ, ਉਹ ਕਹਿੰਦੇ ਕਿ ਮੈਂ ਚਾਹੁੰਦਾ ਵਾਂ ਕਿ ਜਿਹੜਾ ਪਿਛਲੇ ਕੁਝ ਸਮੇਂ ਤੋਂ ਨਹੀਂ ਉੱਥੇ ਮੈਂ ਪਹੁੰਚ ਸਕਿਆ, ਉਹ ਲੋਕਾਂ ਦੇ ਦੁੱਖ ਸੁੱਖ ਵਿੱਚ, ਪਾਕਿਸਤਾਨ ਤੋਂ ਜਿਹੜੇ ਲੋਕ ਫਰਿਆਦ ਕਰਦੇ ਨੇ ਇੰਟਰਨੈਸ਼ਨਲ, ਉਹਨਾਂ ਦੀ ਮਦਦ ਕਰਦੇ ਨੇ। ਆਈ ਥਿੰਕ ਹੀ ਇਜ਼ ਡੂਇੰਗ ਇਜ਼ ਰੋਲ। ਕਈ ਵਾਰੀ ਕੋਈ ਜ਼ਰੂਰੀ ਨਹੀਂ ਗਾ ਕਿ ਸਾਰੇ ਇੱਕ ਜਗ੍ਹਾ ਦੇ ਉੱਤੇ ਪਹੁੰਚਣੇ ਚਾਹੀਦੇ ਨੇ। ਸਾਡਾ ਜਿਹੜਾ ਕੋ-ਪ੍ਰੈਜ਼ੀਡੈਂਟ ਉਹ ਪਹੁੰਚੇ ਹੋਏ ਆ, MLA ਸਾਰੇ ਪਹੁੰਚੇ ਆ, ਇਸ ਲਈ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਉਹਨਾਂ ਦੀ ਜਿਹੜੀ ਹੈਗੀ ਆ ਐਕਟੀਵਿਟੀ ਹੋਰ ਨਜ਼ਰ ਆਵੇ। ਉੱਥੇ ਹੀ ਪੰਜਾਬ ਦੇ ਆਪ ਦੇ ਪ੍ਰਧਾਨ ਭਗਵੰਤ ਮਾਨ ਨੇ ਇੱਕ ਦਿਨ ਪਹਿਲਾਂ ਸੋਸ਼ਲ ਮੀਡੀਆ ਉੱਤੇ ਵੀਡੀਓ ਪਾ ਕੇ ਸੰਦੋਏ ਦੀ ਹੋਈ ਕੁੱਟਮਾਰ ਉੱਤੇ ਕੈਪਟਨ ਦੇ ਖਿਲਾਫ਼ ਭੜਾਸ ਕੱਢੀ ਸੀ। ਸਤਿ ਸ਼੍ਰੀ ਅਕਾਲ ਜੀ, ਮੈਂ ਭਗਵੰਤ ਮਾਨ ਤੁਹਾਡੇ ਨਾਲ ਇੱਕ ਵਾਰੀ ਫਿਰ ਫੇਸਬੁੱਕ 'ਤੇ ਲਾਈਵ। ਇੱਕ ਅੰਗਰੇਜ਼ੀ ਦਾ ਲਫ਼ਜ਼ ਹੈ ਵਿਸਲ ਬਲੋਅਰ, ਵਿਸਲ ਬਲੋਅਰ ਯਾਨੀ ਕਿ ਸੀਟੀ ਵਜਾਉਣ ਵਾਲਾ, ਜਿਹੜੇ ਸਿਸਟਮ ਦੇ ਵਿਰੁੱਧ ਬੋਲਦੇ ਨੇ, ਜਿਹੜੇ ਸੀਟੀ ਵਜਾਉਂਦੇ ਨੇ, ਚੌਕੀਦਾਰ ਨੇ, ਜਦੋਂ ਉਹਨਾਂ ਨੂੰ ਹੀ ਮਾਰਾਂ ਕੁੱਟਾਂ ਪੈਣ ਲੱਗ ਜਾਣ, ਫਿਰ ਇਹਦਾ ਮਤਲਬ ਸਰਕਾਰਾਂ ਨੂੰ ਸੋਚਣਾ ਚਾਹੀਦਾ। ਮੈਂ ਬਹੁਤ ਇਸ ਗੱਲ ਤੋਂ ਦੁਖੀ ਹਾਂ ਕਿ ਸਾਡੇ MLA ਜਿਹੜੇ ਰੋਪੜ ਤੋਂ ਸੰਦੋਆ ਸਾਹਿਬ ਨੇ, ਉਹ ਵਿਸਲ ਬਲੋਅਰ ਨੇ, ਉਹਨਾਂ ਨੇ ਰੇਤੇ ਦੀਆਂ ਖੱਡਾਂ ਦੇ ਖਿਲਾਫ਼ ਵਿਸਲ ਵਜਾਈ, ਸੀਟੀ ਵਜਾਈ, ਪਰ ਉਹਨਾਂ ਨੂੰ ਹੀ ਕੁੱਟ ਪੈ ਗਈ। ਇੱਕ MLA ਨੂੰ ਕੁੱਟਿਆ ਜਾ ਰਿਹਾ ਤਾਂ ਕੈਪਟਨ ਸਾਹਿਬ ਪਲੀਜ਼ ਹੱਥ ਬੰਨ ਕੇ ਬੇਨਤੀ ਕਰਦੇ ਹਾਂ, ਐਂ ਨਾ ਕਰੋ। ਤੁਸੀਂ ਗੁਟਕਾ ਸਾਹਿਬ ਦੀ ਸੌਂ ਖਾਧੀ ਸੀ ਮੱਥੇ 'ਤੇ ਲਾ ਕੇ, ਮੈਂ ਮਾਫੀਆ ਖਤਮ ਕਰ ਦੂੰਗਾ, ਮੈਂ ਰੇਤ ਮਾਫੀਆ ਖਤਮ ਕਰ ਦੂੰਗਾ, ਮੈਂ ਚਿੱਟਾ ਮਾਫੀਆ ਖਤਮ ਕਰ ਦੂੰਗਾ, ਪਰ ਐਂ ਨਾ ਕਰੋ ਨਾ ਕਿ ਤੁਸੀਂ ਸਾਡੇ ਬੰਦਿਆਂ ਨੂੰ ਕੁੱਟਣ ਲੱਗ ਗਏ। ਕੈਪਟਨ ਸਾਹਿਬ ਹੱਥ ਬੰਨ ਕੇ ਬੇਨਤੀ ਆ, ਹੁਣ ਤੁਸੀਂ ਮਾਲਕ ਹੋ ਪੰਜਾਬ ਦੇ, ਤੁਹਾਨੂੰ ਲੋਕਾਂ ਨੇ ਚੁਣ ਲਿਆ, ਠੀਕ ਹੈ, ਅਸੀਂ ਪੰਜਾਬ ਦੇ ਲੋਕਾਂ ਦਾ ਜਿਹੜਾ ਫਤਵਾ ਹੈ ਉਹ ਸਿਰ ਮੱਥੇ ਲੈਂਦੇ ਹਾਂ, ਪਰ ਐਂ ਨਾ ਕਰੋ ਕਿ ਰੋਪੜ ਦੇ MLA ਨੂੰ ਕੁੱਟਤਾ, ਕਦੇ ਕਿਸੇ ਨੂੰ ਕੁਛ ਕਹਿਤਾ, ਕਦੇ ਕਿਸੇ ਨੂੰ ਕੁਛ ਕਹਿਤਾ। ਥੋੜ੍ਹਾ ਜਿਹਾ ਪਹਾੜਾਂ ਤੋਂ ਥੱਲੇ ਆਓ, ਆ ਕੇ ਧਰਤੀ 'ਤੇ ਦੇਖੋ ਤੁਹਾਡੇ ਪੰਜਾਬ 'ਚ ਕੀ ਹੋ ਰਿਹਾ। ਮੈਨੂੰ ਉਮੀਦ ਹੈ ਕਿ ਉਹਨਾਂ ਬੰਦਿਆਂ ਦੇ ਖਿਲਾਫ਼ ਪਰਚਾ ਦਰਜ ਹੋਊਗਾ ਜਿਨ੍ਹਾਂ ਨੇ ਸਾਡੇ ਰੋਪੜ ਦੇ MLA ਨੂੰ ਇਸ ਤਰ੍ਹਾਂ ਜਲੀਲ ਕੀਤਾ। ਇੱਕ MLA ਇੱਕ ਬਹੁਤ ਵੱਡੀ ਗੱਲ ਹੁੰਦੀ ਹੈ, ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਹੈ ਜੀ ਉਹ, ਅਤੇ ਮੈਨੂੰ ਉਮੀਦ ਹੈ ਤੁਸੀਂ ਵੀ MLA ਰਹੇ ਹੋ, ਫਿਰ MP ਵੀ ਬਣੇ ਹੋ, ਬਾਅਦ 'ਚ ਤੁਸੀਂ ਅਸਤੀਫਾ ਦੇ ਦਿੱਤਾ, ਚਲੋ ਕੋਈ ਗੱਲ ਨਹੀਂ, ਪਰ ਤੁਸੀਂ ਪੋਲੀਟਿਕਸ ਦੇ ਵਿੱਚ ਬਹੁਤ, ਮੇਰੀ ਤਾਂ ਉਨੀ ਉਮਰ ਵੀ ਨਹੀਂ ਹੈਗੀ ਜਿੰਨੀ ਕੈਪਟਨ ਸਾਹਿਬ ਤੁਸੀਂ ਹੰਢਾਈ ਬੈਠੇ ਹੋ ਪੋਲੀਟਿਕਸ ਦੇ ਵਿੱਚ। ਕਿਰਪਾ ਕਰਕੇ ਇਹ ਕੰਮ ਨਾ ਕਰੋ ਅਤੇ ਉਹਨਾਂ ਦੇ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰੋ, ਮੈਨੂੰ ਉਮੀਦ ਹੈ ਤੁਸੀਂ ਕਰੋਗੇ। ਹੁਣ ਸਵਾਲ ਇਹ ਖੜੇ ਹੁੰਦੇ ਨੇ ਕਿ ਭਗਵੰਤ ਮਾਨ ਦਾ ਸਿਰਫ ਇੱਕ ਵੀਡੀਓ ਸੋਸ਼ਲ ਸਾਈਟ ਉੱਤੇ ਪਾਉਣ ਨਾਲ ਉਹਨਾਂ ਦੀ ਜ਼ਿੰਮੇਵਾਰੀ ਖਤਮ ਹੋ ਜਾਂਦੀ ਹੈ। ਆਪ ਦੇ ਪੰਜਾਬ ਪ੍ਰਧਾਨ ਹੋਣ ਦੇ ਨਾਤੇ ਉਹਨਾਂ ਨੂੰ ਇਹ ਲੜਾਈ ਲੜਨੀ ਚਾਹੀਦੀ ਸੀ, ਲੇਕਿਨ ਇਹ ਲੜਾਈ ਸੁਖਪਾਲ ਖਹਿਰਾ ਅਤੇ ਹੋਰ ਆਪ ਲੀਡਰ ਲੜ ਰਹੇ ਨੇ, ਜਿਸ ਤੋਂ ਕਈ ਸਵਾਲ ਖੜੇ ਹੋ ਰਹੇ ਨੇ। ਬਿਊਰੋ ਰਿਪੋਰਟ, ਚੈਨਲ ਵਾਈ।